ਫਿਰੋਜ਼ਪੁਰ ਰੋਡ ਇੱਧਰ, ਫਿਰੋਜ਼ਪੁਰ ਰੋਡ ਇਆਲੀ ਚੌਂਕ, ਫਿਰੋਜ਼ਪੁਰ ਰੋਡ ਇਆਲੀ ਚੌਂਕ ਭਾਈ ਮੇਰਾ ਤਾਂ ਘੁੰਮ ਯਾਰ, ਬੋਲੀ ਤਾਂ ਕਹਿੰਦੇ ਬੋਲੀ ਯਾਰ ਇਹਨੂੰ ਕਿਹੜੀ ਜਗ੍ਹਾ ਦਾ ਮਾਮਲਾ ਜੀ ਇਹ? ਫਿਰੋਜ਼ਪੁਰ ਰੋਡ ਵੀਰੇ ਆਲੀ ਚੌਂਕ 3K ਰੋਡ ਦੇ ਸਾਹਮਣੇ ਆ ਬਿਲਕੁਲ। ਇਹ ਕਿਹੜੀ ਗੱਡੀ ਸੀ? ਇਹ ਸਕੋਡਾ ਗੱਡੀ ਸੀ, ਨੀਗਰੋ ਦੀ ਗੱਡੀ ਸੀ ਵੀਰੇ, ਬਚ ਗਏ ਪਰ। ਅੱਛਾ, ਇਹ ਕਿੰਨੇ ਕੁ ਜਣੇ ਵਿੱਚ ਬੈਠੇ ਸੀ? ਇਹ 2 ਜਣੇ ਸੀਗੇ ਜੀ, ਇੱਕ ਜਣਾ ਚੱਲਿਆ ਗਿਆ ਤੇ ਦੂਸਰਾ ਉਹ ਅਸੀਂ ਕੱਢਿਆ ਤੂੰ। ਅੱਛਾ ਕੱਢ ਲਿਆ, ਉਹ ਸੱਟਾ ਸੁੱਟਾ ਵੀ ਲੱਗੀਆਂ ਕੋਈ ਸੜਿਆ ਵੀ ਹੈ? ਨਹੀਂ ਨਹੀਂ, ਬੱਚਿਆ ਨਹੀਂ ਹੈਗਾ ਕੋਈ ਇੱਦਾਂ, ਜਿਹੜੇ ਸੱਟਾਂ ਵੱਜੀਆਂ ਸੀਗੀਆਂ ਉਹ ਲੈ ਗਏ ਹੋ ਇੱਧਰ, ਜਿਹੜੇ ਹੁਣੀ ਗਏ ਆ ਬੰਦਿਆਂ ਦਾ ਬਚਾਇਆ। ਹਾਂਜੀ ਹਾਂਜੀ ਪੂਰਾ। ਕਿੰਨੇ 2 ਜਣੇ ਸੀ ਵਿੱਚ? 2 ਜਣੇ ਸੀਗੇ। ਅੱਛਾ ਇਹ ਗੱਡੀ ਨੂੰ ਅੱਗ ਕਿੱਦਾਂ ਲੱਗੀ ਪਤਾ ਕੁਛ? ਬਾ ਇੱਥੇ ਇਹਨੇ ਬਹੁਤ ਸਪੀਡ ਨਾਲ ਆਇਆ ਅਸੀਂ ਰੋਡ ਤੋਂ। ਹਾਂਜੀ ਇੱਧਰੋਂ ਇਹਨੇ ਇੱਕਦਮ ਕੱਟ ਮਾਰਿਆ, ਸਪੀਡ ਜ਼ਿਆਦਾ ਸੀਗੀ ਉਹ ਕ੍ਰੋਸ ਕਰਦੇ ਹੋਏ, ਉੱਥੇ ਜਦੋਂ ਟੱਕਰ ਲੱਗੀ ਅੱਗ ਲੱਗ ਗਈ ਨੂੰ। ਅੱਛਾ ਜੀ, ਗੱਡੀ ਸਾਰੀ ਖਰਾਬ ਹੋ ਗਈ ਸਾਰੀ, ਗੱਡੀ ਜਮਾਂ ਹੀ ਖਰਾਬ ਹੋ ਗਈ। ਦੇਖੋ ਜੀ ਟਾਇਰ ਟੂਰ ਸਭ ਮੱਚ ਗਏ ਤੇ। ਫਿਰੋਜ਼ਪੁਰ ਰੋਡ ਤੇ ਆ ਜੀ ਆ 3K ਦੇ ਤੋਂ ਪਹਿਲੇ ਜੀ। ਹਾਂਜੀ ਇਹ ਅੱਗ ਲੱਗੀ ਜਦੋਂ ਅਸੀਂ ਆਏ, ਅੱਗ ਲੱਗ ਗਈ ਸੀ ਇੱਧਰੋਂ ਤੇਜ਼ ਬੜੀ। ਕਿੰਨੇ ਜਣੇ ਗੱਡੀ 'ਚ? ਕਿੰਨੇ ਜਣੇ ਸੀ? 2 ਕੁ ਜਣੇ ਸੀ, ਨਿਗਰੋ ਸੀ ਜੀ, ਨਿਗਰੋ ਨਿਗਰੋ ਤੇ ਬੰਦੇ ਬਚਾ ਹੋ ਗਿਆ? ਹਾਂਜੀ ਹਾਂਜੀ ਬੰਦੇ ਬਚਾ ਹੋ ਗਿਆ ਭਾਜੀ ਉਹ ਉੱਧਰ। ਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਕਿਸੇ ਨੇ ਕੀਤਾ ਫੋਨ? ਹਜੇ ਨਹੀਂ ਕਿਸੇ ਨੂੰ ਫੋਨ ਕੀਤਾ ਜੀ, ਪਤਾ ਨਹੀਂ ਗੱਡੀ ਨੂੰ ਟਾਈਮ ਕਰਦਾ, ਫੋਨ ਹੈ ਹੀ ਨਹੀਂ ਸੀ ਬਿਲਕੁਲ ਵੀ ਜੀ। ਜਦ ਤੋਂ ਅਸੀਂ ਫੋਨ ਕਰਦੇ ਉਦੋਂ ਪਹੁੰਚ ਨਹੀਂ ਪਾ ਰਹੇ ਹੈਗੇ। ਜਦੋਂ ਨੂੰ ਅੱਗ ਹੀ ਲੱਗ ਗਈ ਜੀ, ਸ਼ੁਕਰ ਆ ਬਚਾ ਹੋ ਗਿਆ ਬੰਦਿਆਂ ਦਾ। ਬੈਟਰੀ ਪੂਰੀ ਤਰੀਕੇ ਨਾਲ ਪਟਾਕਾ ਬੜਾ ਮਾਰਿਆ।